ਮਿਸ਼ਨ ਸਹਿਯੋਗ ਆਰਗੇਨਾਈਜੇਸ਼ਨ ਵੱਲੋਂ ਰੁੱਖ ਲਗਾਓ ਰੁੱਖ ਬਚਾਓ ਮੁਹਿੰਮ ਤਹਿਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਿਲਕੁਲ ਸਾਹਮਣੇ ਖੰਡੇ ਵਾਲੇ ਚੌਂਕ ਵਿੱਚ ਬੂਟੇ ਲਗਾਏ ਗਏ। ਉਹਨਾਂ ਦੱਸਿਆ ਕਿ ਬੂਟਿਆਂ ਦੇ ਰੱਖ ਰਖਾਵ ਲਈ ਇੱਕ ਪਾਣੀ ਦੀ ਟੈਂਕੀ ਬਣਾਈ ਗਈ ਹੈ ਜੋ ਕਿ ਰੋਜ਼ਾਨਾ ਬੂਟਿਆਂ ਨੂੰ ਪਾਣੀ ਦਿੰਦੀ ਹੈ। ਇਸ ਮੌਕੇ ਗੁਰਦੀਪ ਸਿੰਘ ਰਾਜਨ, ਰਾਜੇਸ਼ ਸਿਧਾਨਾ, ਕੁਲਦੀਪ ਠਾਕੁਰ, ਗੁਰਤੇਜ ਸਿੰਘ, ਮੌਂਟੀ ਆਨੰਦ, ਜਗਮੋਹਨ ਸ਼ਰਮਾ ਸਮੇਤ ਮੈਂਬਰ ਮੌਜੂਦ ਸਨ। ਅਸੀਂ ਮਿਸ਼ਨ ਸਹਿਯੋਗ ਦੀ ਟੀਮ ਨੇ ਇਹ ਵੇਖਿਆ ਸਮਝਿਆ ਇਸ ਗੱਲ ਨੂੰ ਕਿ ਅੱਜ ਜਿਹੜੀ ਗਲੋਬਲ ਵਾਰਮਿੰਗ ਦਾ ਖਤਰਾ ਵੱਧ ਰਿਹਾ ਉਹਦੇ ਵਾਸਤੇ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਕੰਮ ਕਰਨ ਦੀ ਲੋੜ ਹੈ। ਔਰ ਇੱਕ ਨਾਰਾ ਪਹਿਲਾਂ ਦਿੱਤਾ ਜਾਂਦਾ ਸੀ ਰੁੱਖ ਕੁੱਖ ਅਤੇ ਧਰਤੀ ਜਿਸ ਬਚਾਉਣੀ ਹੈ ਅਤੇ ਰੁੱਖ ਅਤੇ ਕੁੱਖ ਦੋਨਾਂ ਨੂੰ ਸੰਭਾਲਣਾ ਪਵੇਗਾ। ਰੁੱਖ ਕੁੱਖ ਅਤੇ ਪਾਣੀ ਨਾ ਸਾਂਭੇ ਤਾਂ ਖਤਮ ਕਹਾਣੀ।